किसानों नूं सिद्धी अदायगी उत्ते केंद्रीय मंत्री पीयूष गोयल ने वड्डा बयान दिता है। ठेके ते जमीन लैके खेती करन वाले किसानों नूं भी हुण सिद्धी अदायगी दा लाभ मिलेगा। सो किसानों नूं सिद्धी अदायगी ते केंद्रीय मंत्री पीयूष गोयल ने एक वड्डा बयान अज दिता है, जिस दे तहत हुण ठेके ते जमीन लैके खेती करन वाले किसानों नूं भी हुण सिद्धी अदायगी दा लाभ मिलेगा। MSP ते वेची फसल दी अदायगी सिद्धा किसानों दे खात्यां च आएगी। केंद्र सरकार दे इस कदम दा छोटे ते सीमांत किसानां नूं भी फायदा मिलण दी गल पीयूष गोयल ने कही है। जिथे सिद्धी अदायगी मसले नूं लै के सूबा सरकार ते केंद्र सरकार विचाले ठणी रही, उत्ते ही इस दा विरोध भी पंजाब दे विच कीता गया। लेकिन हुण एक वड्डा बयान जिहड़ा है उह केंद्रीय मंत्री पीयूष गोयल वल्लों दित्ता गया, जिस तहत ठेके ते जमीन लैके खेती करन वाले किसानां नूं भी हुण सिद्धी अदायगी दा लाभ मिलेगा। रमनदीप दे नाल गल करदिआं, रमन, जिस नाल सिद्धी अदायगी नूं लैके तां खासा बवाल मचा रहा है, लेकिन हुण जो इह बयान केंद्रीय मंत्री दा आया, इस नूं लैके किस तरह दी प्रतिक्रिया आ रही है? ਜਿਹੜਾ ਬਿਲਕੁਲ ਜਿਹੜਾ MSP ਨੂੰ ਲੈ ਕੇ ਕਿਸਾਨ ਜਥੇਬੰਦੀਆਂ ਇਤਰਾਜ਼ ਜ਼ਾਹਰ ਕਰ ਰਹੀਆਂ ਸਨ ਕਿ MSP ਨੂੰ ਖੋਹੇ ਜਾਣ ਦੀਆਂ ਗੱਲਾਂ ਹੋ ਰਹੀਆਂ ਸਨ, ਉਸ ਵਿਚਕਾਰ ਸਿੱਧੀ ਅਦਾਇਗੀ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ। ਤਾਂ ਅੱਜ ਨਰਿੰਦਰ ਤੋਮਰ ਵੱਲੋਂ ਜੋ ਬਿਆਨ ਆਇਆ, ਪਿਊਸ਼ ਗੋਇਲ ਵੱਲੋਂ ਜੋ ਬਿਆਨ ਆਇਆ, ਉਸਦੇ ਵਿੱਚ ਸਾਫ਼ ਗੱਲ ਹੈ ਕਿ ਉਹਨਾਂ ਨੇ ਹੁਣ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਦੀ ਇੰਟਰਵਿਊ ਦਾ ਸਵਾਗਤ ਕੀਤਾ ਕਿ ਪ੍ਰਧਾਨ ਮੰਤਰੀ ਦੇ ਦਖਲ ਤੋਂ ਬਾਅਦ ਹੁਣ ਨਵੀਂ ਵਿਵਸਥਾ ਲਾਗੂ ਹੋਵੇ, ਜੇ ਜੋ ਪਾਰਦਰਸ਼ਤਾ ਨਾਲ ਹੋਵੇਗੀ, ਜਿਸ ਦੇ ਵਿੱਚ ਕਿਸਾਨਾਂ ਦੀ ਲੁੱਟ ਦਾ ਡਰ ਘਟੇਗਾ। ਸਿੱਧੇ ਤੌਰ ਤੇ ਉਹਨਾਂ ਨੇ ਆੜ੍ਹਤੀਆ ਵਰਗ ਤੇ ਵੀ ਨਿਸ਼ਾਨਾ ਸਾਧਿਆ ਕਿ ਆੜ੍ਹਤੀਆ ਵਰਗ ਤੋਂ ਹੁਣ ਨਜਾਤ ਕਿਸਾਨਾਂ ਨੂੰ ਮਿਲੇਗੀ। ਕਿਸਾਨਾਂ MSP ਤੇ ਜਿਹੜੀ ਫਸਲ ਖਰੀਦੇ ਉਹਦੀ ਅਦਾਇਗੀ ਵੀ ਸਿੱਧੀ ਉਹਨਾਂ ਦੇ ਖਾਤਿਆਂ ਵਿੱਚ ਜਾਵੇਗੀ। ਕਿਤੇ ਨਾ ਕਿਤੇ ਇਸ ਟਵੀਟ ਦੇ ਜ਼ਰੀਏ ਕੇਂਦਰ ਸਰਕਾਰ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸਾਨਾਂ ਦੇ ਭਰਮ ਤੇ ਦੂਰ ਕੀਤੇ ਜਾਣ, ਜਿਨ੍ਹਾਂ ਨੂੰ ਲੈ ਕੇ ਲਗਾਤਾਰ ਕਿਸਾਨ ਗੁੰਮਰਾਹ ਕੀਤੇ ਜਾ ਰਹੇ ਨੇ। ਤਾਂ ਸਿੱਧੇ ਤੌਰ ਤੇ ਤੱਕ ਅੱਜ ਸਰਕਾਰ ਦਾ ਇਹੀ ਹੈ ਕਿ ਕਿਸਾਨ ਚੰਦੀ ਲੋੜ ਹੈ, ਪਰ ਦੂਜੇ ਪਾਸੇ ਕਿਸਾਨ ਆਗੂ ਲਗਾਤਾਰ ਕਹਿ ਰਹੇ ਨੇ ਕਿ ਸਾਨੂੰ ਅਸੀਂ ਪੁੱਛਣ ਹੋਣੀ ਚਾਹੀਦੀ ਜੋ ਕਿਸਾਨ ਸਿੱਧੀ ਦੇਣਗੇ ਹੋ ਜਾਣੀ ਚਾਹੀਦੀ ਹੈ। ਤੇ ਨਾਲ ਹੀ ਇੱਕ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਕਮੇਟੀ ਬਣਾਈ ਗਈ MSP ਨੂੰ ਲੈ ਕੇ, ਉਹਨਾਂ ਨੇ ਨਰੇਲਾ ਮੰਡੀ ਦਾ ਦੌਰਾ ਕੀਤਾ। ਉਹਨਾਂ ਨੇ ਕਿਹਾ ਕਿ ਨਰੇਲਾ ਮੰਡੀ ਦੇ ਵਿੱਚ ਕਿਸਾਨਾਂ ਦੀ ਲੁੱਟ ਹੋ ਰਹੀ ਆ, ਔਰ ਦੂਜੇ ਨੰਬਰ ਤੇ ਉਹਨਾਂ ਸਵਾਲ ਉਠਾ ਕੇ ਪੰਜਾਬ ਦੇ ਵਿੱਚ ਜਿਹੜੀਆਂ ਮੰਡੀਆਂ ਦੇ ਵਿੱਚ ਕਣਕ ਆ ਰਹੀ ਆ ਉਹ ਬਾਹਰਲੇ ਸੂਬਿਆਂ ਤੋਂ ਆ ਰਹੀ ਆ, ਪੰਜਾਬ ਦੇ ਵਿੱਚ ਸਿਰਫ MSP ਮਿਲਦੀ ਆ, ਹਰਿਆਣਾ ਦੇ ਨਾਲ ਦੇ ਸੂਬੇ ਵਿੱਚ ਵੀ MSP ਨਹੀਂ ਮਿਲਦੀ। ਤਾਂ ਅਜਿਹੇ ਦੇ ਵਿਚਕਾਰ ਜਿਹੜੀ ਹੈਗੀ ਸਾਡੀ ਜਿਹੜੀ ਹੈਗੀ ਆ CCL ਲਿਮਟ ਹੈਗੀ ਆ, ਕਿਤੇ ਉਹ ਵੀ ਸਾਡੇ ਤੇ ਭਾਰੀ ਪੈਂਦੀ ਨਜ਼ਰ ਦੇ, ਕਿਉਂਕਿ ਜਿੰਨੀ ਖੇਤਰਫਲ ਦੇ ਹਿਸਾਬ ਨਾਲ ਸਾਨੂੰ CCL ਮਿਲਦਾ, ਇਸ ਤੋਂ ਵੱਧ ਫਸਲ ਜਿਹੜੀਆਂ ਮੰਡੀਆਂ ਦੇ ਵਿੱਚ ਆ ਕੇ ਵਿਕਦੀ ਆ, ਉਹਨੂੰ ਲੈ ਕੇ ਕਿਸਾਨ ਜਥੇਬੰਦੀਆਂ ਸਵਾਲ ਖੜੀਆਂ ਕਰਦੇ ਆ ਰਹੀਆਂ ਨੇ। ਤਾਂ ਹੁਣ ਜਿਹੜਾ ਹੈਗਾ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਇਹ ਟਵੀਟ ਆਉਣਾ, ਕਿਤੇ ਨਾ ਕਿਤੇ ਹੁਣ ਕਿਤੇ ਗੱਲਬਾਤ ਦੇ ਰਸਤਾ ਕਿ ਉਸ ਨੂੰ ਵੀ ਅੱਗੇ ਵਧਾਉਣ ਦੀ ਕੋਸ਼ਿਸ਼ ਹੈਗੀ ਹੈ ਨਾਲ। ਬਿਲਕੁਲ, ਹੁਣ ਜਿਸ ਤਰ੍ਹਾਂ ਨਾਲ ਐਲਾਨ ਕੀਤਾ ਗਿਆ, ਪ੍ਰਤੀਕਿਰਿਆਵਾਂ ਜਿਹੜੀਆਂ ਨੇ ਯਕੀਨਨ ਆ ਰਹੀਆਂ ਹੋਣਗੀਆਂ। ਸਾਡਾ ਹਰਿੰਦਰ ਸਿੰਘ ਲੱਖੋਵਾਲ ਜੀ ਕਿਸਾਨ ਆਗੂ ਜਿਹੜੇ ਨੇ ਉਹ ਜੁੜ ਚੁੱਕੇ ਨੇ। ਹਰਿੰਦਰ ਜੀ, ਜਿਸ ਤਰ੍ਹਾਂ ਦੇ ਨਾਲ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਹੁਣ ਇਹ ਵੱਡਾ ਐਲਾਨ ਕੀਤਾ ਹੈ, ਇਸ ਨੂੰ ਲੈ ਕੇ ਕੀ ਕਹੋਗੇ ਤੁਸੀਂ? ਇਹਨਾਂ ਨੇ ਜਿਹੜੇ ਐਲਾਨ ਕੀਤਾ, ਇਹਨਾਂ ਨੂੰ ਪਤਾ ਹੀ ਨਹੀਂ ਜਿਹੜੀਆਂ ਗੱਲਾਂ ਕਹੀ ਜਾਂਦੇ ਨੇ, ਵੀ ਜਿਹੜਾ ਠੇਕੇ ਵਾਲੇ ਜ਼ਮੀਨਾਂ ਨੂੰ ਕਿਵੇਂ ਫਾਇਦਾ ਹੋਜੂਗਾ, ਉਹਨਾਂ ਦਾ ਇੱਕ ਵੱਡਾ ਨੁਕਸਾਨ ਹੋਜੂ, ਕਿਉਂਕਿ ਜਿਹੜੇ ਅਸੀਂ ਆੜ੍ਹਤੀਆਂ ਤੋਂ ਪਹਿਲਾਂ ਹੀ ਠੇਕੇ ਵਾਲੇ ਜੀਰ ਨੇ ਪੈਸੇ ਲੈ ਲੈਂਦੇ, ਉਹਨਾਂ ਨੇ ਠੇਕੇ ਤੇ ਜ਼ਮੀਨ ਲੈਣੀ ਆ, ਕਿਸੇ ਨੇ 20 ਕਿੱਲੇ ਲੈਣੇ ਆ ਤਾਂ ਉਹਨੂੰ 5 ਲੱਖ ਰੁਪਈਆ ਉਹਨੂੰ ਐਡਵਾਂਸ ਦੇਣ ਲਈ ਪੈਂਦਾ, ਉਹ ਕਿੱਥੋਂ ਪੈਸੇ ਲੈ ਕੇ ਆਊਗਾ? ਆੜ੍ਹਤੀਆਂ ਤਾਂ ਦੇਣੇ ਨਹੀਂ, ਕਿਉਂਕਿ ਖਾਤੇ ਸਿੱਧੇ ਕਿਸਾਨ ਦੇ ਪੇਮੈਂਟ ਚਲੇ ਜਾਣੀ ਆ। ਤੇ ਗੋਇਲ ਸਾਹਿਬ ਪ੍ਰੈਕਟੀਕਲ ਗੱਲਾਂ ਨਹੀਂ ਕਰਦੇ, ਇਹ ਤਾਂ ਜਿਵੇਂ ਕਿਸੇ ਕੰਪਨੀ 'ਚ ਪਹਿਲਾਂ CA ਰਹੇ ਹੋਏ ਨੇ ਉਹੋ ਜਿਹੀਆਂ ਗੱਲਾਂ ਕਰੀ ਜਾਂਦੇ ਨੇ, ਉਹੋ ਜਿਹੀ ਕੋਈ ਪ੍ਰੈਕਟੀਕਲ ਗੱਲਾਂ ਕਰਨ, ਕਿਸਾਨਾਂ ਨਾਲ ਗੱਲਾਂ ਕਰਨ, ਸਾਡੇ ਨਾਲ ਮੀਟਿੰਗਾਂ ਕਰਦੇ, ਕਿਸਾਨਾਂ ਨਾਲ ਮੀਟਿੰਗਾਂ ਕਰਦੇ ਵੀ ਕੀ ਪ੍ਰੋਬਲਮ ਆ ਸਾਡੇ ਤੇ, ਜਾਣ ਕੇ ਹੀ ਜਾਂ ਤਾਂ ਸਾਡੇ ਅੰਦੋਲਨ ਕਰਕੇ ਇਹ ਇਸ ਦੀਆਂ ਗੱਲਾਂ ਕਰ ਕਰਕੇ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰਦੇ ਆ। ਫਿਰ ਹੁਣ 6 ਮਹੀਨੇ ਇਹਨਾਂ ਨੇ ਅੱਗੇ ਕੀਤਾ, ਜਾਂ ਫਰਦਾਂ ਲੈਣ ਲੱਗ ਜਾਣਗੇ, ਫਰਦਾਂ ਦੇ ਵਿੱਚ ਫਿਰ ਸਾਡਾ ਵੱਡਾ ਨੁਕਸਾਨ ਹੋਜੂ, NRI ਵੀਰਾਂ ਦਾ ਨੁਕਸਾਨ ਹੋਜੂ, ਠੇਕੇ ਵਾਲੇ ਵੀਰਾਂ ਦਾ ਨੁਕਸਾਨ ਹੋਜੂ। ਆੜ੍ਹਤੀਆਂ ਤੋਂ ਤਾਂ ਸਿਸਟਮ ਵਧੀਆ ਸੀ, ਅਸੀਂ ਬਣਵਾਇਆ ਹੋਇਆ ਸੀ 2013 ਦੇ ਵਿੱਚ, ਵੀ ਜਿਹੜਾ ਕਿਸਾਨ ਸਿੱਧੇ ਹੀ ਆੜ੍ਹਤੀਆਂ ਤੋਂ ਪੇਮੈਂਟ ਲੈਣੀ ਚਾਹੁੰਦਾ ਆੜ੍ਹਤੀਆਂ ਤੋਂ ਲੈ ਲਵੇ, ਤੇ ਜਿਹੜਾ ਬੰਦਾ ਦੂਸਰੇ ਤਰ੍ਹਾਂ ਲੈਣੀ ਚਾਹੁੰਦਾ ਸਰਕਾਰ ਤੋਂ ਉਹ ਲੈ ਲੈਣਗੇ। ਇਸ ਕਿਸਾਨਾਂ ਤੇ ਛੱਡ ਦੇਣਾ ਚਾਹੀਦਾ ਸੀ ਇਹਨਾਂ ਨੂੰ ਗੱਲ, ਤੇ ਇਸ ਦੀਆਂ ਗੱਲਾਂ ਇਹਨਾਂ ਨੂੰ ਸੁਪਣੀਆਂ ਨਹੀਂ ਚਾਹੀਦੀਆਂ, ਅਸੀਂ ਇਹਦੀ ਵਿਰੋਧ ਤਾਂ ਕਰਦੇ ਹਾਂ ਤੇ ਇਹਨਾਂ ਨੂੰ ਇਹ ਗੱਲਾਂ ਵਿਚਾਰਨੀਆਂ ਚਾਹੀਦੀਆਂ, ਅਸੀਂ ਸੰਘਰਸ਼ ਨੂੰ ਹੋਰ ਤਕੜਾ ਕਰਾਂਗੇ। ਸਗੋਂ ਸਾਡੀਆਂ ਇਹ ਮੰਗਾਂ ਮੰਨ ਕੇ ਕਿਸਾਨਾਂ ਨੂੰ ਘਰਾਂ 'ਚ ਭੇਜਣਾ ਚਾਹੀਦਾ, ਕਿਸਾਨਾਂ ਦੇ ਸੀਜ਼ਨ ਆ, ਕਣਕ ਦਾ ਸੀਜ਼ਨ ਆ, ਬਿਮਾਰੀ ਦਾ ਵੀ ਇਹ ਬਹਾਨਾ ਲਾਉਂਦੇ ਆ, ਬਿਮਾਰੀ ਵੀ ਹੈਗੀ ਆ, ਇਸ ਲਈ ਸਾਨੂੰ ਸਾਡੀਆਂ ਮੰਗਾਂ ਮੰਨਣ ਤੇ ਅਸੀਂ ਘਰਾਂ ਨੂੰ ਆਈਏ। ਤੁਹਾਨੂੰ ਲੱਗਦਾ ਕਿ ਕਿਸੇ ਨਾ ਕਿਸ ਤਰ੍ਹਾਂ ਕੇਂਦਰ ਦੀ ਇਹ ਕੋਸ਼ਿਸ਼ ਹੈ ਕਿ ਇਹ ਜਿਹੜਾ ਲਗਾਤਾਰ ਪ੍ਰਦਰਸ਼ਨ ਚੱਲ ਰਿਹਾ ਹੈ, ਜੋ ਇਸ ਵੇਲੇ ਕਿਸਾਨ ਲਗਾਤਾਰ ਡਟੇ ਹੋਏ ਨੇ ਇੰਨੇ ਮਹੀਨਿਆਂ ਤੋਂ, ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਤਾਂ ਖਤਮ ਕਰਨਾ ਚਾਹੁੰਦੀ ਹੈ? ਪਤਾ ਨਹੀਂ ਕੀ ਢੰਗ ਤਰੀਕੇ ਲੱਭਦੇ ਆ, ਪਹਿਲਾਂ ਤਾਂ ਹਿੰਸਕ ਕਰਵਾਉਣਾ ਚਾਹੁੰਦੇ ਸੀਗੇ,
ਤੇ ਫਿਰ ਇਹ ਭਾਜਪਾ ਵਾਲੇ ਸਾਨੂੰ ਗਲਤ ਗਲਤ ਬੋਲ ਕੇ ਚੱਕਰ ਪਾਉਂਦੇ ਸੀ, ਇਹਨਾਂ ਦੀ ਕੋਈ ਚਾਲ ਚੱਲਦੀ ਨਜ਼ਰ ਨਹੀਂ ਆਉਂਦੀ। ਫਿਰ ਕਦੇ ਲੀਡਰਾਂ ਨੂੰ ਬਦਨਾਮ ਕਰਨ ਲੱਗੇ ਸੀਗੇ ਤੇ ਉਹਨੇ ਰੋਜ਼ ਨਵੇਂ ਕਾਨੂੰਨ ਦੇ ਕਿਸੇ ਤਰੀਕੇ ਨਾਲ ਪੰਜਾਬ ਦੀ ਆਰਥਿਕਤਾ ਨੂੰ, ਕਿਸਾਨਾਂ ਦੀ ਆਰਥਿਕਤਾ ਨੂੰ ਸੱਟ ਮਾਰੀ ਜਾਵੇ, ਕਿਸਾਨ ਤੰਗ ਹੋ ਜਾਣ, ਇਹੋ ਜਿਹੀਆਂ ਗੱਲਾਂ ਕਰ ਕਰਕੇ ਰੋਜ਼ ਨਵੀਆਂ ਸਾਨੂੰ ਪਰੇਸ਼ਾਨ ਕਰਨਾ ਚਾਹੁੰਦੇ ਨੇ ਤੇ ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦਾ। ਕਿਸਾਨ ਇਹਨਾਂ ਦਾ ਦੇਸ਼ ਦਾ ਕਿਸਾਨ ਆ ਤੇ ਦੇਸ਼ ਦੇ ਕਿਸਾਨ ਦਾ ਇਹਨਾਂ ਨੂੰ ਸਾਥ ਦੇਣਾ ਚਾਹੀਦਾ, ਕਿਉਂਕਿ 70% ਲੋਕ ਜਿਹੜੇ ਖੇਤੀ ਕਰਦੇ ਨੇ ਇੰਡੀਆ ਦੇ ਵਿੱਚ, ਜਿਹੜੀ ਪ੍ਰੋਫਿਟ ਦੇ ਵਿੱਚ ਦੇਖੋ ਸਾਰਿਆਂ ਨੂੰ ਮਾਰ ਪਈ ਆ, ਕੱਲੀ ਕਿਸਾਨੀ ਨੇ ਇਹਨਾਂ ਨੂੰ ਦੇਸ਼ ਨੂੰ ਬਚਾ ਕੇ ਰੱਖਿਆ, ਬਾਕੀ ਤਾਂ ਸਾਰਿਆਂ ਦੀ ਜ਼ਿੰਦਗੀ ਸਭ ਸਾਰਾ ਕੁਝ ਤਹਿਸ ਨਹਿਸ ਹੋ ਗਿਆ। ਜੀ ਜੀ ਹਰਿੰਦਰ ਜੀ, ਸ਼ੁਕਰੀਆ ਫਿਲਹਾਲ ਦੀ ਸਾਡੇ ਨਾਲ ਗੱਲ ਕਰਨ ਦੇ ਲਈ। ਸੋ ਜਿਸ ਤਰ੍ਹਾਂ ਦੇ ਨਾਲ ਕਿਸਾਨਾਂ ਨੂੰ ਸਿੱਧੀ ਅਦਾਇਗੀ ਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਇਹ ਬਿਆਨ ਦਿੱਤਾ ਉਸ ਨੂੰ ਲੈ ਕੇ ਹੁਣ ਪ੍ਰਤੀਕਿਰਿਆਵਾਂ ਆ ਰਹੀਆਂ ਨੇ। ਪਿਊਸ਼ ਗੋਇਲ ਨੇ ਕਿਹਾ ਕਿ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੀ ਹੁਣ ਸਿੱਧੀ ਅਦਾਇਗੀ ਦਾ ਲਾਭ ਮਿਲ ਪਾਏਗਾ, ਲੇਕਿਨ ਕਿਸਾਨ ਆਗੂਆਂ ਦਾ ਕਹਿਣਾ ਕਿ ਇਸ ਨਾਲ ਨੁਕਸਾਨ ਹੀ ਹੋਵੇਗਾ, ਇਸ ਨਾਲ ਫਾਇਦਾ ਜਿਹੜਾ ਨਹੀਂ ਹੋਏਗਾ। ਸੋ ਇੱਕ ਵਾਰ ਫਿਰ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਉਹਨਾਂ ਕਿਹਾ ਕਿ ਭੰਬਲ ਭੂਸੇ ਦੇ ਵਿੱਚ ਕਿਸਾਨਾਂ ਨੂੰ ਪਾਇਆ ਜਾ ਰਿਹਾ।